ਕਸੀਦਾ ਸ਼ੁਰੂ ਕਰੂੰ ਇਹ ਇੱਥੋਂ ਇਹ ਇਹ ਵੀ ਮੈਂ ਕੋਸ਼ਿਸ਼ ਕੀਤੀ ਹੈ ਜ਼ਮੀਨ ਇੱਕ ਮਨਕਬਤ ਦੀ ਜਿਹੜੀ ਸਾਡੇ ਇੱਕ ਨੋਆ ਖਾਨ ਬੜੀ ਮਸ਼ਹੂਰ ਮਾਰੂਫ ਨੋਆ ਖਾਨ ਤਨਜ਼ੀਮ ਹੈ ਉਹਨਾਂ ਇਹ ਮਨਕਬਤ ਪੜ੍ਹਿਆ ਤੋ ਮੈਂ ਇਸ ਜ਼ਮੀਨ ਦੇ ਕੁਝ ਗੱਲਾਂ ਕਰਨਾ ਚਾਹੁੰਦਾ ਪਹਿਲੇ ਰਬੀਉਲ ਅਵਲ ਦਾ ਮਹੀਨਾ ਹੀ ਮੈਂ ਇਸ ਜ਼ਮੀਨ 'ਤੇ ਇੱਕ ਨਾਤ ਲਿਖੀ ਆਈ ਔਰ ਅੱਜ ਮੈਂ ਮੈਂਬਰ 'ਤੇ ਪਹਿਲੀ ਵਾਰ ਇੱਕ ਸੀਧਾ ਜਨਾਬ ਨੂੰ ਸੁਣਾਉਣਾ ਚਾਹੁੰਦਾ ਜਿਵੇਂ ਦਾ ਮਾਹੌਲ ਹੈ ਉਵੇਂ ਮੇਰਾ ਦਿਲ ਚਾਹੁੰਦਾ ਹੈ ਮੈਂ ਜਨਾਬ ਨੂੰ ਰਦੀਫ ਹੈ ਔਰ ਮੁਸਲਸਲ ਹੈ ਚਲੋ ਮੈਂ ਉਹ ਮਨਕਬਤ ਯਾਦ ਦਿਵਾ ਦੇਵਾਂ ਹੁਸੈਨ ਕੀ ਇਹ ਮੁਹੱਬਤ ਹੈ ਔਰ ਮੁਸਲਸਲ ਹੈ ਇਹ ਕਿਬਰੀਆ ਕੀ ਇਨਾਇਤ ਹੈ ਔਰ ਮੁਸਲਸਲ ਹੈ ਇਸ ਜ਼ਮੀਨ ਨੂੰ ਲੈ ਕੇ ਮੈਂ ਥੋੜ੍ਹੀ ਜਿਹੀ ਮਿਹਨਤ ਕੀਤੀ ਹੈ ਜਨਾਬ ਨੂੰ ਸੁਣਾਉਣਾ ਚਾਹੁੰਦਾ ਆਪਣੇ ਬਜ਼ੁਰਗਾਂ ਤੋਂ ਦੁਆ ਲਾਉਣਾ ਚਾਹੁੰਦਾ ਹੇ ਇਹ ਬਾਤ ਐਨ ਹਕੀਕਤ ਹੈ ਔਰ ਮੁਸਲਸਲ ਹੈ ਇਹ ਬਾਤ ਐਨ ਹਕੀਕਤ ਹੈ ਔਰ ਮੁਸਲਸਲ ਹੈ ਇਹ ਬਾਤ ਐਨ ਹਕੀਕਤ ਹੈ ਔਰ ਮੁਸਲਸਲ ਹੈ ਇਹ ਬਾਤ ਐਨ ਹਕੀਕਤ ਹੈ ਔਰ ਮੁਸਲ ਕਿਹੜੀ ਗੱਲ ਹੋ ਦੁਆ ਮਿਲ ਸੀ ਐਨ ਹਕੀਕਤ ਹੈ ਔਰ ਮੁਸਲਸਲ ਹੈ ਇਹ ਬਾਤ ਐਨ ਹਕੀਕਤ ਹੈ ਔਰ ਮੁਸਲਸਲ ਹੈ ਇੱਕ ਵਾਰ ਫਿਰ ਬਾਤ ਐਨ ਹਕੀਕਤ ਹੈ ਕਿਹੜੀ ਗੱਲ ਤਵਜੋ ਸਲ ਹੈ ਅਲੀ ਕਬੂਜ਼ ਖਬਾਸਤ ਹੈ ਅਲੀ ਕਬੂਜ਼ ਖਬਾਸਤ ਹੈ ਔਰ ਮੁਸਲਸਲ ਹੈ ਇਹ ਬਾਤ ਐਨ ਹਕੀਕਤ ਹੈ ਦੁਆ ਮੁਸਲਸਲ ਹੈ ਮੈਂ ਬਿਸਮਿਲ੍ਲਾ ਕਰਾਂ ਇਹ ਬਾਤ ਐਨ ਹਕੀਕਤ ਹੈ ਔਰ ਮੁਸਲਸਲ ਹੈ ਅਲੀ ਕਾ ਬੋਜ਼ ਖਬਾਸਤ ਹੈ ਔਰ ਮੁਸਲਸਲ ਹੈ ਅਲੀ ਕਾ ਬੋਜ਼ ਖਬਾਸਤ ਹੈ ਔਰ ਮੁਸਲਸਲ ਹੈ ਅਲੀ ਸੇ ਦੁਸ਼ਮਨੀ ਤੋਹੀਦ ਸੇ ਸ਼ਨਾਸਾਈ ਸਮਝ ਆਉਂਦੀ ਪਈ ਹੈ ਮੇਰੀ ਮੈਂ ਬਿਸਮਿਲ੍ਲਾ ਕਰਾਂ ਅਲੀ ਸੇ ਦੁਸ਼ਮਨੀ ਤੌਹੀਦ ਸੇ ਸ਼ਨਾਸਾਈ ਮੈਂ ਬਿਸਮਿਲ੍ਲਾ ਕਰਾਂ ਗੱਲ ਸੁਣਨੀ ਹੈ ਮੁਸਲਸਲ ਹੈ ਮੁਸਲਸਲ ਹੈ ਅਲੀ ਸੇ ਦੁਸ਼ਮਨੀ ਤੌਹੀਦ ਸੇ ਸ਼ਨਾਸਾਈ ਅਲੀ ਸੇ ਦੁਸ਼ਮਨੀ ਤੌਹੀਦ ਸੇ ਸ਼ਨਾਸਾਈ ਫਿਰ ਆਖੋ ਭਾਈ ਨਤੀਜਾ ਅਲੀ ਸੇ ਦੁਸ਼ਮਨੀ ਤੌਹੀਦ ਸੇ ਸ਼ਨਾਸਾਈ ਯੇ ਮੌਲਵੀ ਕੀ ਹਮਾਕਤ ਹੈ ਯੇ ਮੌਲਵੀ ਕੀ ਹਮਾਕਤ ਹੈ ਔਰ ਮੁਸਲਸਲ ਹੈ ਵਾਹ ਮੈਂ ਬਿਸਮਿਲ੍ਲਾ ਕਰਾਂ ਚਲੋ ਬਾਈ ਇਹਨਾਂ ਆਖਿਆ ਪਹਿਲੀ ਵਾਰ ਇੱਥੇ ਪੜ੍ਹਦੇ ਪਤਾ ਲੱਗ ਸੀ ਅੱਗਾ ਪੜ੍ਹਦੇ ਜਾਂ ਕੋਈ ਨਾ ਹੁਣ ਭਾਈ ਮੁਤਮੈਨ ਹੋ ਗਏ ਹੁਣ ਅੱਗਾ ਪੜ੍ਹਨੇ ਅਲੀ ਸੇ ਦੁਸ਼ਮਨੀ ਤੌਹੀਦ ਸੇ ਸ਼ਨਾਸਾਈ ਯੇ ਮੌਲਵੀ ਕੀ ਹਮਾਕਤ ਹੈ ਔਰ ਮੁਸਲਸਲ ਹੈ ਯੇ ਬਾਤ ਐਨ ਹਕੀਕਤ ਹੈ ਔਰ ਮੁਸਲਸਲ ਹੈ ਅਲੀ ਕਾ ਜ਼ਿਕਰ ਕਹਾਂ ਹੈ ਕਹਾਂ ਨਹੀਂ ਮਤ ਮੈਂ ਬਿਸਮਿਲ੍ਲਾ ਕਰਾਂ ਮੈਂ ਜ਼ਾਕਰੀਨ ਵਿੱਚੋਂ ਸਭ ਤੋਂ ਛੋਟਾ ਜ਼ਾਕਰ ਲੇਕਿਨ ਲਾ ਇਲਾਹਾ ਇਲੱਲਾ ਭਾਵੇਂ ਮੈਂ ਪੜ੍ਹਾਂ
ਤੇ ਭਾਵੇਂ ਮੁਜਤਹਿਦ ਸਾਹਿਬ ਪੜਨ ਇਹ ਅਹਿਮੀਅਤ ਹੀ ਕੋ ਜਾਈ ਕਿਉਂਕਿ ਗੱਲ ਵੱਡੀ ਹੈ ਲਾ ਇਲਾਹ ਇਲੱਲਾ ਹੁਣ ਗੱਲ ਮੈਂ ਕਰਦਾ ਪਿਆ ਅਕਸਰ ਸਵਾਲ ਹੁੰਦਾ ਅਲੀ ਕਿੱਥੇ ਅਲੀ ਕਿੱਥੇ ਨਹੀਂ ਮੈਂ ਜਵਾਬ ਪਿਆ ਦੇਣਾ ਤਿਆਦਾ ਪਿਆ ਅਲੀ ਕਾ ਜ਼ਿਕਰ ਕਹਾਂ ਹੈ ਕਹਾਂ ਨਹੀਂ ਮਤ ਪੂਛ ਅਲੀ ਕਾ ਜ਼ਿਕਰ ਭਾਈ ਬੜੀ ਤਵੱਜੋ ਦੁਆ ਚਾਹੀਦੀ ਮੈਂ ਫਿਰ ਆਖਦਾ ਚਲੀ ਕਾ ਜ਼ਿਕਰ ਕਹਾਂ ਜਵਾਬ ਮਤ ਪੂਛ ਅਲੀ ਕਾ ਜ਼ਿਕਰ ਇਬਾਦਤ ਹੈ ਅਲੀ ਕਾ ਜ਼ਿਕਰ ਇਬਾਦਤ ਹੈ ਔਰ ਮੁਸਲਸਲ ਹੈ ਮੈਂ ਬਿਸਮ ਲੱਗ ਰਿਹਾ ਯਾਦ ਆਖੋ ਜ਼ਿਕਰ ਇਬਾਦਤ ਨਹੀਂ ਮੈਂ ਬਿਸਮ ਲੱਗ ਰਿਹਾ ਯਾ ਅਲੀ ਮੁਸ਼ਕਿਲ ਕੁਸ਼ਾ ਅਲੀ ਅਲੀ ਕਾ ਜ਼ਿਕਰ ਕਹਾਂ ਮਤ ਪੂਛ ਅਲੀ ਕਾ ਜ਼ਿਕਰ ਕਹਾਂ ਮਤ ਪੂਛ ਅਲੀ ਕਾ ਅਲੀ ਕਾ ਜ਼ਿਕਰ ਇਬਾਦਤ ਹੈ ਔਰ ਮੁਸਲਸਲ ਹੈ ਬਿਸਮਿਲ੍ਲਾ ਕਿਆ ਕਹਿੰਦੇ ਅਲੀ ਕਾ ਜ਼ਿਕਰ ਇਬਾਦਤ ਹੈ ਯਾ ਅਲੀ ਮੁਸ਼ਕਿਲ ਕੁਸ਼ਾ ਅਲੀ ਅਗਲੀ ਗੱਲ ਪੂਰੀ ਜ਼ਿੰਮੇਦਾਰੀ ਦੇ ਨਾਲ ਇਹ ਮੈਂ ਨਹੀਂ ਪਿਆ ਕਰਦਾ ਬਲਕਿ ਪਹਿਲੀ ਲਾਈਨ ਚ ਦਸਾਵਣੇ ਮੇਰੀ ਗੱਲ ਨਹੀਂ ਕਹਿੰਦੀ ਗੱਲ ਨੇ ਸਾਹਾਬਾ ਕਹਿ ਤੇ ਹੈ ਬੁਗਜ਼ੇ ਅਲੀ ਕੇ ਬਾਰੇ ਮੇ ਸਾਹਾਬਾ ਕਹਿ ਤੇ ਹੈ ਬੁਗਜ਼ੇ ਭਾਈ ਗੱਲ ਬੜੀ ਵੱਡੀ ਸਾਹਬਾਂ ਨੇ ਕੀਤੀ ਹੈ ਮੈਂ ਮਜਬੂਰ ਸੁਣਾਉਣਾ ਚਾਹੁੰਦਾ ਇਹ ਹੈ ਬੁਗਜ਼ੇ ਅਲੀ ਕੇ ਬਾਰੇ ਮੇ ਸਾਹਬਾ ਕਹਿ ਤੇ ਹੈ ਬੁਗਜ਼ੇ ਅਲੀ ਕੇ ਬਾਰੇ ਮੇ ਯੇ ਵਾਲਦਾ ਕੀ ਖਿਆਨਤ ਹੈ ਯੇ ਵਾਲਦਾ ਕੀ ਖਿਆਨਤ ਹੈ ਔਰ ਮੁਸਲਸਲ ਹੈ ਮੈਂ ਬਿਸਮਿਲ੍ਲਾ ਕਰਾਂ ਯਾ ਅਲੀ ਮੁਸ਼ਕਿਲ ਕੁਸ਼ਾ ਅਲੀ ਮੈਂ ਬਿਸਮਿਲ੍ਲਾ ਕਰਾਂ ਇਹ ਗੱਲ ਸਾਹਬੀਆਂ ਦੀ ਹੁਣ ਮੈਂ ਗੱਲ ਪੇ ਕਰਦਾ ਛੇਵੇਂ ਇਮਾਮ ਦੀ ਇਹ ਪਹਿਲੀ ਗੱਲ ਹੈ ਸਾਹਬਾ ਪਾਕ ਦੀ ਅਸਾਂ ਨੌਕਰ ਸਾਹਬਾ ਦੇ ਇਹ ਗੱਲ ਸਾਹਬਾ ਦੀ ਸੁਣਵਾਈਏ ਆਓ ਹੁਣ ਮੈਂ ਇਮਾਮ ਦੀ ਗੱਲ ਪਿਆ ਸੁਣਾਉਂਦਾ ਤੇ ਆਦਾ ਪਿਆ ਅਲੀ ਕੇ ਜ਼ਿਕਰ ਸੇ ਦਿਲ ਕੋ ਸਕੂਨ ਮਿਲਤਾ ਹੈ ਇੱਥੇ ਬੈਠੇ ਸਾਰੇ ਬੰਦਿਆਂ ਦੀ ਗੱਲ ਹੈ ਹੁਣ ਇਹਨਾਂ ਬੰਦਿਆਂ ਦੇ ਬਾਰੇ ਛੇਵਾਂ ਇਮਾਮ ਪਿਆ ਫਰਮਾਉਂਦਾ ਇੰਜ ਕਿਉਂ ਹੈ ਕਿਸੇ ਦਿਲ ਕੋ ਸਕੂਨ ਮਿਲਤਾ ਹੈ ਯੇ ਮੇਰੀ ਮਾਂ ਕੀ ਸ਼ਰਾਫਤ ਯੇ ਮੇਰੀ ਮਾਂ ਕੀ ਸ਼ਰਾਫਤ ਹੈ ਔਰ ਮੁਸਲਸਲ ਹੈ ਮੈਂ ਵੀ ਇਸਮੇ ਲੱਗ ਰਿਹਾ ਯਾ ਅਲੀ ਮੁਸ਼ਕਿਲ ਕੁਸ਼ਾ ਅਲੀ ਉਰਫਾ ਲੋਕ ਦੱਸਦੇ ਨੇ ਜੋ ਹੱਕ ਦੀ ਗੱਲ ਕਰਨਾ ਇਹ ਵਾਜਬ ਹੈ ਲੇਕਿਨ ਹੱਕ ਕਿਸੇ ਤੇ ਮੁਸੱਲਤ ਬੰਦਾ ਨਹੀਂ ਕਰ ਸਕਦਾ ਆਲੇ ਮੁਹੰਮਦ ਦੇ ਦਰਵਾਜ਼ੇ ਤੇ ਲੋਕਾਂ ਨੂੰ ਆਖਣਾ ਆ ਜਾਓ ਇਹ ਵਾਜਬ ਹੈ ਲੇਕਿਨ ਕਹਿੰਦੇ ਜ਼ੋਰਾ ਜ਼ੋਰੀ ਬੰਦਾ ਲਿਆ ਨਹੀਂ ਸਕਦਾ ਕਿਉਂ ਵਜ੍ਹਾ ਕਿਆ ਹੈ ਮੈਂ ਦੱਸਦਾ ਪਿਆ ਜੋ ਸ਼ਖਸ ਆਲੇ ਮੁਹੰਮਦ ਸੇ ਦੂਰ ਰਹਿਤਾ ਹੈ ਜੋ ਸ਼ਖਸ ਆਲੇ ਮੁਹੰਮਦ ਸੇ ਦੂਰ ਰਹਿਤਾ ਹੈ ਕੁਰਾਨ ਦੀ ਰੂਹ ਦੇ ਨਾਲ ਉਹਨੂੰ ਛੇੜਨਾ ਨਹੀਂ ਮੁਹੰਮਦ ਸੇ ਦੂਰ ਰਹਿਤਾ ਹੈ ਵੋ ਰਿਜ਼ਸ ਹੈ ਵੋ ਨਜਾਸਤ ਹੈ ਵੋ ਰਿਜ਼ਸ ਹੈ
نجاست ہے اور مسلسل ہے. میں بسم اللہ کرا واہ واہ یا علی مشکل خوشحالی آؤ. مسلسل ہے, مسلسل ہے بغیر تشریح دے, پورے یقین دے نال ہر بندے دے دل چوں دعا نکلے مسلسل ہے, مسلسل ہے. ہر جاتے جتھاں جاؤ اتھاں کفن دی لوڑ مردے دی کیتے ہوندی, جڑا مر جاوے اونوں کفن دی لوڑ پوندی. کفن دے واسطے خریدیا رہندا اے. اللہ دی زمین دے اتے ایک خطہ ایسا بھی اے جتھوں گل تبدیل ہو جاندی اے. میرے حسین بادشاہ دی بستی. میں بسم اللہ کہ کئی تاجر لوگ بیٹھے ہو سو دکاندار, دکاندار لوگ رعایت کریں دن اے رعایت جی, یہ چیز لے لو خرید لو اے نال فری. میں بسم اللہ کرام حسین بادشاہ دی نگری پیغام دین دی پئیے تے آدی پئیے. پہلا مصرع میں پڑھنے میں ویکھنے میں محنت کی تھی کیویں تے میں دعا مل دی کیویں. حسین بادشاہ دی بستی دے وچ اعلان ہوندا پئے کفن خرید کے ابدی حیات لے جاؤ. ہائے 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 ہائے. میں بسم اللہ کرا حسین بادشاہ دی بستی ایسی بستی ہے کفن دے نال منصوبے, لیکن اعلان کیا ہوندا پیے کفن خرید کے ابدی حیات لے جاؤ. کفن خرید کے ابدی, اچھا سودا مہنگا نہیں, کوئی قیمت نہیں, بس جاؤ کربلا کفن خریدو مل سی کیے لے جاؤ. یہ کربلا میرے آیت ہے, یہ کربلا میرے آیت ہے اور مسلسل ہے. میں بسم اللہ کرا بسم اللہ کرا. بہت لمبا قصیدہ ہے یہ, صرف یقین کرو اے اتنا کچھ لکھ کے لے کے آئے ہیں, امدال پڑھ کے چیک کرنا ہے پھر سارا ہونا انشاءاللہ ڈائری دے چڑھا کے. بڑے زیادہ شعر, آخری شعر پڑھدا پیاں تے آدا پیاں. اج تو کوشش ہوندی پئی ہے ذکر محمد والے محمد نہ ہوئے. پہلے جڑے ساڈے اہل سنت برائن کسی غلط فہمی دے وچ ہیں جو صرف انہاں نوں ذکر حسین چنگا نہیں لگتا, حسین بادشاہ دا جلوس نہیں چنگا لگتا. اس دفعہ بھی اور کئی سال ہو چکے ہیں کہ عید میلاد دے جلوس تے بھی پتھراؤ ہوندا پیا ہے. ہن پتہ لگے جو صرف حسین بادشاہ دے دشمن نہیں, انہاں دی بنیادی دشمنی پاک رسول دے نال. کوشش ہوندی پئی ہے الحمدللہ, ہن جاگ گئے لوگ, شیعہ سنی اتحاد قائم ہو چکے ہیں. آؤ میں دسانا چاہنا کوشش ہونی پی ان دے باوجود نتیجہ کیا آنے. یہ ذکر آل محمد کا رک نہیں سکتا, محمد کا رک نہیں سکتا. یہ مولوی بے قیامت ہے, یہ مولوی بے قیامت ہے اور مسلسل ہے. میں بسم اللہ کرا